दीदी ऐह वाले सूट प्रेस करन दे किथे चले जे रात किथे जाना देविंदर ते फिर ऐह वाले क्यों करन दे जाना किथे सवेरे सवेरे जाना मैं पिंड नू पिंड नू करके मैं लाइट दा पता नहीं हुंदा प्रेस कर ही लैनी है ते पाजी ने कहता जाओ आहो इन्हां ने क्या वा कहिंदे सवेरे जाके होवांवी गौरव नू भी किन्ने दिन होए ही कहिंदे आ भी जाना ओदा भी राजवीर दे बड्डे ते जाना ही जाया नहीं गया मैं चल सवेरे होवांगे अच्छा सौं गए बीजी हाँ जी बह जा देविंदर नहीं नहीं बहना की है समाचार ओ मम्मी तुहानू किन्नी बार कहा वा सारियां गल्लां चाची नू ना दस्या करो हुण उहनू दस्सदा भी अहीं जाणा वा उहनै सवेर नां कोई बहाना बणा के साडा वी कैंसल करा लेणा वा तुहानू पता तां हैगा उहदा लै गौरव जे तेरे पापा ने कहता वा कि होयो तो फिर इच कीड़ी गल वा कुछ नहीं कहिंदे नाले उन्होंने पता ही किन्ने दिनां दे तैयार होण डए आ इवी ते जिथे मर्जी जांदे अहीं कदी कोई कहा कि चाची दा भुलेखा तुहानू कोई ना कोई रफड़ पा ही दिंदी हुंदी विच फिर ओ नहीं पाउंदी बाबा तू रात लहू ना सका लीं अपना अहीं सवेरे जाणा ते जाणा ही आ ठीक आ पाते पठे हाँ जी चाचा जी पाते आ ते पठे मैं कुदर के भी रखते आ ਅਸੀਂ ਨਾ ਨਾਨਕੇ ਜਾਣਾ ਸੀ ਅੱਜ ਤੇ ਹੁਣ ਤੁਸੀਂ ਪੱਠੇ ਪਾ ਦਿਓ ਕੁਦਰ ਕੇ ਮੈਂ ਢੇਰ ਲਾਤਾ ਵਾ ਤੇ ਪੁੱਤ ਤੂੰ ਰਹਿਣ ਦੇ ਮੈਂ ਕੁਦਰ ਲੈਣੇ ਸੀ ਪਾ ਵੀ ਲੈਣੇ ਤੂੰ ਜਾਓ ਤਿਆਰ ਹੋ ਕੋਈ ਗੱਲ ਨਹੀਂ ਹਲੇ ਮੈਂ ਵਿਹਲਾ ਸੀ ਮੈਂ ਚੱਲ ਪਾ ਦਿੰਦਾ ਵਾ ਮੈਨੂੰ ਆਵਾਜ਼ ਦੇ ਦਿੰਦਾ ਕੋਈ ਨਹੀਂ ਚੱਲ ਕੋਈ ਨਹੀਂ ਪਾਤੇ ਤੇ ਸ਼ਾਮਾਂ ਨੂੰ ਪਾ ਲਿਓ ਕੋਈ ਨਹੀਂ ਮੈਂ ਪਾ ਦੇਣੇ ਟੈਨਸ਼ਨ ਨਾ ਲੈ ਜਾਓ ਹਾਂ ਇਹਨੂੰ ਕਿੰਨਾ ਚਾਹ ਵੇਲਾ ਨਾਨਕੇ ਜਾਣ ਦਾ ਹਨੇਰੇ ਪੱਠੇ ਅੱਜ ਕੁਦਰ ਕੇ ਸੁੱਟ ਗਿਆ ਚਲੋ ਸਾਨੂੰ ਵੀ ਇੱਦਾਂ ਹੁੰਦਾ ਨਾਨਕੇ ਜਾਣ ਦਾ ਚਾਹ ਬਸੇਰਾ ਹੁੰਦਾ ਨਿਆਣਾ ਵਾ ਕੋਈ ਗੱਲ ਨਹੀਂ ਆ ਗਏ ਜੀ ਆ ਗਿਆ ਬਾਹਰ ਮੈਂ ਚਾਹ ਲਿਆਵਾਂ ਲਿਆ ਗੱਲ ਸੁਣੋ ਮੇਰੀ ਭੈਣ ਮੇਰੀ ਠੀਕ ਨਹੀਂ ਆ ਤੇ ਉਹ ਮੰਮੀ ਦੱਸਣ ਡੇ ਸੀ ਹੁਣ ਜ਼ਿਆਦਾ ਹੀ ਹੋਈ ਆ ਤੇ ਆਪਾਂ ਨਾਲੇ ਕਿੰਨਾ ਚਿਰ ਹੋ ਗਿਆ ਗਏ ਵੀ ਨਹੀਂ ਆ ਤੇ ਚਲੋ ਹਾਂ ਜਾਈਏ ਨਾਲੇ ਉਹਦਾ ਪਤਾ ਲਿਆਈਏ ਚੱਲ ਜਾਾਂਗੇ ਤੂੰ ਕਦੀ ਪਹਿਲਾਂ ਕਿਹਾ ਹੀ ਨਹੀਂ ਮੈਨੂੰ ਜਾਣ ਨੂੰ ਫਿਰ ਪਾਵਾਂ ਲੀੜੇ ਹੋਵਾਂ ਤਿਆਰ ਮੈਂ ਮੈਂ ਤੈਨੂੰ ਇਹ ਨਹੀਂ ਕਿਹਾ ਵੀ ਹੁਣੇ ਜਾਣਾ ਵਾ ਤਿਆਰ ਹੋ ਤੈਨੂੰ ਮੈਂ ਕਿਹਾ ਚੱਲ ਜਾਾਂਗੇ ਤੇ ਚਲੋ ਫਿਰ ਚੱਲ ਜੰਨੇ ਆ ਜਾਣਾ ਕੀ ਆ ਮੇਰੀ ਗੱਲ ਸੁਣ ਭਾਬੀ ਕਿੰਨੇ ਦਿਨਾਂ ਦੀ ਤਿਆਰ ਹੁੰਦੀ ਪਿੰਡ ਜਾਣਾ ਪਿੰਡ ਜਾਣਾ ਉਹ ਮੁੰਡਾ ਦਾ ਹੀ ਜਾਣ ਕੇ ਚੱਲੇ ਆ ਉਹਨਾਂ ਨੂੰ ਜਾਣ ਦੇ ਆਪਾਂ ਪਾਸੋਂ ਜਾਉ ਨੂੰ ਚੱਲ ਜਾਾਂਗੇ ਕਾਲੇ ਨਹੀਂ ਪਈਦਾ ਜੋਵਨ ਹੈ ਫਿਰ ਤੁਸੀਂ ਮੈਨੂੰ ਕਹਿੰਦੇ ਬੋਲਦੀ ਆ ਮੈਂ ਬੋਲਦੀ ਸੱਚਾ ਵਾ ਮੈਨੂੰ ਤੇ ਇਦਾਂ ਲੱਗਦਾ ਕਦੀ ਕਦੀ ਵੀ ਮੇਰਾ ਖਿਆਲ ਘੱਟ ਤੇ ਭਾਬੀ ਦੇ ਵਾਂਡਿਆਂ ਦੀ ਫਿਕਰ ਤੈਨੂੰ ਜ਼ਿਆਦੀ ਆ ਉਹਦਾ ਨਾ ਵਾਂਡਾ ਮਿਸ ਹੋ ਜੇ ਕੋਈ ਗੱਲ ਚੱਜ ਦੀ ਕਰਿਆ ਕਰ ਮੇਰੀ ਗੱਲ ਸੁਣੋ ਉਹ ਇੱਕ ਦੋ ਦਿਨ ਠਹਿਰ ਕੇ ਵੀ ਚੱਲ ਜਾਣਗੇ ਉੱਥੇ ਖੁਸ਼ੀ ਖਸਾਲੀ ਜਾਣਾ ਉਹਨਾਂ ਨੇ ਮੇਰੀ ਤੇ ਭੈਣ ਨਹੀਂ ਠੀਕ ਮੈਂ ਤਾਂ ਜਾਣਾ ਵਾਂ ਤਾਂ ਮੈਂ ਤੁਹਾਨੂੰ ਆਖਿਆ ਤੇਰੀ ਭੈਣ ਤੂੰ ਆਨੀ ਕਿੰਨੇ ਦਿਨਾਂ ਦੀ ਠੀਕ ਨਹੀਂ ਆ ਤੂੰ ਪਹਿਲਾਂ ਦੱਸਿਆ ਮੈਨੂੰ ਅੱਜ ਜਾਂ ਤੈਨੂੰ ਪਤਾ ਲੱਗਾ ਹੋਣਾ ਵੀ ਉਹਨੇ ਜਾਣਾ ਵਾ ਤੇ ਤੇਰੀ ਭੈਣ ਬਿਆਰੀ ਬਿਮਾਰ ਹੋ ਗਈ ਆ ਆ ਵੇਖ ਲਓ ਇਹੋ ਜਿਹੇ ਵਾਲ ਤੁਸੀਂ ਪਾਉਣ ਲੱਗ ਗਏ ਜੇ ਕਿ ਮੈਨੂੰ ਕਿਦਾਂ ਪਤਾ ਲੱਗਾ ਵੀ ਉਹਨੇ ਜਾਣਾ ਵਾ ਮੈਨੂੰ ਉਹਨਾਂ ਦੱਸਿਆ ਕਿ ਦੀਦੀ ਇਹੀ ਜਾਣਾ ਵਾ ਤੇ ਮੈਨੂੰ ਆਪ ਨਹੀਂ ਪਤਾ ਮੁੰਡੇ ਨੇ ਦੱਸਿਆ ਤੇ ਪੱਠੇ ਪੁੱਠੇ ਕਿਤੇ ਮੈਂ ਵੇਖਣੇ ਮਗਰੋਂ ਜੋ ਚੱਲ ਗਏ ਤੇ ਹੁਣ ਇੱਕ ਦਿਨ ਠਹਿਰ ਨਹੀਂ ਸਕਦੀ ਪਰਸੋਂ ਚੱਲ ਜਾਾਂਗੇ ਆਪਾਂ ਹੱਦ ਹੀ ਕਰਦੇ ਤੁਸੀਂ ਵੀ ਉੱਥੇ ਤੇ ਰਾਜਵੀਰ ਦਾ ਜਨਮ ਦਿਨ ਹੀ ਉਹਨਾਂ ਦਾ ਉਹ ਹੋ ਗਿਆ ਵਾ ਹੁਣ ਕੀ ਲੈਣ ਜਾਣਾ ਵਾ ਥੋੜੇ ਦਿਨ ਰੋਕੇ ਚੱਲ ਜਾਂਦੇ ਆ ਤੇ ਇੱਕ ਦਿਨ ਨਾ ਭੈਣ ਨੂੰ ਕੁਝ ਨਹੀਂ ਹੋ ਚੱਲਿਆ ਚੱਲ ਜਾਾਂਗੇ ਮੈਂ ਜਦੋਂ ਵੀ ਕਿਤੇ ਜਾਣਾ ਹੁੰਦਾ ਵਾ ਤੁਹਾਡਾ ਇਹੀ ਪੰਗਾ ਹੁੰਦਾ ਵਾ ਇੱਕ ਪਾਸੇ ਹੱਥ ਚਾਹ ਫੜਾ ਕੇ ਇੱਕ ਪਾਸੇ ਮੇਰਾ ਸਿਰ ਖਾਣ ਲੱਗ ਪਈਆਂ ਕੋ ਟਾਈਮ ਵੀ ਵੇਖ ਲਿਆ ਕਰ ਵੇੜਾ ਘੜੀ ਵੇਖ ਲਿਆ ਕਰ ਸਵੇਰਾ ਸਵੇਰਾ ਤੂੰ ਸ਼ੁਰੂ ਹੋ ਗਈ ਆ ਜਾਂ ਉਹ ਕੰਮ ਧੰਦਾ ਕਰ ਲਾ ਜਾ ਕੇ ਉਹਨੂੰ ਨਾ ਜਾਣ ਦੀ ਵਿਚਾਰੀ ਨੂੰ ਤਾਂ 10 ਦਿਨ ਹੋ ਗਏ ਕਹਿੰਦੀ ਨੂੰ ਜਾਣਾ ਜਾਣਾ ਉਹਨੇ ਉਹਨੇ ਕਹਿਤਾ ਤਾਂ ਕਿੰਨੇ ਨੇਰੀ ਆ ਗਈ ਤੈਨੂੰ ਆ ਵੇਖ ਲਓ ਮੰਮੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਚਾਚੀ ਸਾਹਮਣੇ ਕੋਈ ਗੱਲ ਨਾ ਕਰਿਆ ਕਰੋ ਕਿਉਂ ਕੀ ਹੋ ਗਿਆ ਹੁਣ ਆ ਕੀ ਆ ਚਾਚੀ ਨੇ ਰੱਫੜ ਪਾ ਕੇ ਬੈਠੀ ਆ ਮੈਂ ਭੈਣ ਕੋ ਜਾਣਾ ਵਾ ਤੁਸੀਂ ਉਹਨਾਂ ਨੂੰ ਖੁੱਲੀਆਂ ਛੁੱਟੀਆਂ ਦੇ ਜਾ ਕਰੋ ਇਹਨਾਂ ਦਾ ਜ਼ਿਆਦਾ ਜ਼ਰੂਰੀ ਸਾਡਾ ਨਹੀਂ ਜ਼ਰੂਰੀ ਹਾਏ ਗੌਰਵ ਇੰਨੀ ਦਿਲ ਦੀ ਮਾੜੀ ਆ ਮੈਂ ਤੇ ਉਦਾਂ ਹੀ ਗੱਲ ਕੀਤੀ ਪੁੱਛਣ ਡਈ ਤੇ ਮੈਂ ਪਤਾ ਤੇ ਲੱਗ ਹੀ ਜਾਂਦਾ ਘਰ ਚ ਸਵੇਰੇ ਜਾਣਾ ਤੇ ਕਹੂਗੀ ਝੂਠ ਮੋਲ ਲਿਆ ਤੇ ਮੈਂ ਤੁਹਾਨੂੰ ਉਸ ਟਾਈਮ ਨਹੀਂ ਕਿਹਾ ਨਾ ਚਾਚੀ ਨੇ ਇਹੋ ਜੀ ਗੱਲ ਕਰਿਆ ਕਰੋ ਤੁਹਾਨੂੰ ਮੱਲੇ ਉਹਦਾ ਘੱਟ ਪਤਾ ਵਾ ਮੈਨੂੰ ਸਾਰਾ ਪਤਾ ਵਾ ਚੱਲ ਕੋਈ ਗੱਲ ਨਹੀਂ ਚਾਚਾ ਤੇਰਾ ਸਿਆਣਾ ਵਾ ਉਹਨੂੰ ਪਤਾ ਵਾ ਮੇਰੀ ਗੱਲ ਨੂੰ ਸਮਝਦਾ ਵਾ ਐਡੀ ਨਹੀਂ ਗੱਲ ਵੀ ਸਾਡੇ ਗੜੀ ਗੜੀ ਤੁਰ ਪੈਣਗੇ ਜੇ ਤੁਰ ਪਏ ਤੇ ਫੇਰ ਮੰਮੀ ਕੀ ਕਰਾਂਗੇ ਤੇ ਪਾਪਾ ਨੇ ਕਹਿਣਾ ਤੁਸੀਂ ਇੱਕ ਦਿਨ ਰੁਕ ਕੇ ਜਾ ਆਇਓ ਅਸੀਂ ਫੇਰ ਇੱਥੇ ਹੀ ਚੱਲ ਕੋਈ ਗੱਲ ਨਹੀਂ ਮੈਂ ਆਪ ਹੀ ਦਵਿੰਦਰ ਨਾਲ ਗੱਲ ਕਰ ਲੈਂਦੀ ਹਾਂ ਵਾਕਈ ਉਹਦੇ ਦਿਮਾਗ ਦਾ ਕੀ ਪਤਾ ਜਿਹਦੀ ਕਰਕੇ ਬਹਿ ਜੇ ਸਾਡਾ ਵੀ ਸਾਰਾ ਕੰਮ ਖਰਾਬ ਹੋਏ ਨਾ ਮੈਂ ਤੇ ਮੰਮੀ ਨੂੰ ਫੋਨ ਲਾ ਕੇ ਦੱਸ ਵੀ ਦਿੱਤਾ ਵੀ ਅਸੀਂ ਆਉਣਾ ਉਹਨੇ ਵਿਚਾਰੀ ਨੇ ਡੀਕਦੀ ਰਹਿਣਾ ਫਿਰ ਗੱਲ ਵੀ ਅਸੀਂ ਜਾਣਾ ਵਾ ਪੁੱਛ ਲੈਂਦੀ ਮੈਂ ਦਵਿੰਦਰ
हाँ जी दीदी। तू जाना कि अज? आहो जाना तो हैगा ही दीदी पिंड। वो ना मेरी भैन बड़ी बीमार आ, मम्मी का फोन आया ही, कहती थोड़ी ज्यादा सेहत ओरी खराब आ, बुखार ही ज्यादा, गला गुला पड़िया जहा, तो मैं ता जाना ही, तो फिर जोबन पुछया तो कहता अज भाबजी उन्होंने जाना वा। उ गौरव दसन दिया ही कि चाची जी कह दिया चाचे नू भी जाना वा तो चलीए, तो मैं कहा मैं दविंदर ने रात गल की अं पिंड जाना वा। उन्होंने भी रात जब मैं आई है ना ताडे वल हो के उदो ही फोन आया वा, उस तू बाद मेरी गल सुन, तू फिर किस दिन चल जी, तेन तो अपने भाई के सुभा का पता ही आ, उन्होंने महा ही सू जा परमिशन दी आ। मेरे ते नाराज हो ही जाते हैं, जो तू कि भाभी ने जाना हों तू तैयार होकर बह जा कर, मैं मेरी तो मजबूरी आ, तुम तो चल खुशी घसाली जाना ही मिलने जाना ही। नाराज होने की गल नहीं आ, जो मैं पता ही है ना फिर कि वारी कैंसल हो गया ता कहिंदा ना, चल कोई गल नहीं मैनू होके आ लैन दे, फिर तू भावे रात रहें ठीक है। वेखा कड्डे पोचे पाउन आई है, हूँ जाके रात रही, तेरी परमिशन की जरूरत है भी मैं रात रहना कि दो दिन रहना। वे गल सुन मेरी, मेरे कहे तो बगैर छुट्टी तो पेक्या दी देती आ, जे हुण चली आ ना तो पैरी दी गल करके आवे जरूर। ओ ठीक है बीर जी, मैं कहता वा ओ किन्ने दिन दे तैयार होण दे मां पुत, ते किन्ने दिन टकाउंदे आवांगे, ओ काम भी उल्टे फुल्टे करन दी आ। दूसरी मैं गल दसा, इजाजत ते मैं देती जान दी भी जा, आहो बहाना भी चुप ऐसी ही है, मैं कहता वो लास्ट ये ना वे खजरी बड़ी आ कहते गोंगलुआ तो मिट्टी ना झाड़ दे सानू मार के जदाई बना दे। मैं कहता उत्थे पैली बारे कोई भी गल हो तो साडी सलाह तो बिना नहीं होगी, ये तो बहाना वो उत्थे भेजन दा, मैं पक्की करती है चंगी तरह। बाकी माता तेनू गल दसा एक, तू भी थोड़ी मिठी प्यारी रहा कर, जिन्ना चिर वो ना नहीं होंगी ठीक है, अह ज़्यादा सख्ती भी नहीं कर सकते क्योंकि कल ओरी माँ कहे भी मैं मुंडे नू लाउणी आ, तो मैं कहनी ओदे सिर ते डांग चुकी आ छोटी छोटी लड़ाई जी होंदी रहिंदी आ ना, न्याणियां ते असर बहुत पैंदा है, गौरव भी जवान होया हुण वह भी इहो गल सिखदा वा, ते मैं इह करके आना भी नरमी नाल ही काम जिहड़ा हो जाए हो जाए। मैं कहदी न्याणी मैनूं सब पते आ, मैं आपे कर लूंगा अच्छा हैंडल हर चीज़ नूं, तू बस वेखी जा बालिया रंग करतार दे, मेरा भी पोता वा। ठीक ठीक है ਲੈ ਅੱਜ ਕਿਤੇ ਦੱਸਿਆ ਵੀ ਨਹੀਂ, ਚੁੱਪ ਕੀਤਾ ਹੀ ਨਹੀਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚੱਲ ਬਹਿ ਜਾ, ਮੈਂ ਲਿਆ ਦਿੰਦੀ ਕੁਰਸੀ ਨੂੰ। ਹੋਰ ਸੁਣਾਓ ਠੀਕ ਠਾਕ ਜੀ? ਠੀਕ ਆ, ਤੂੰ ਆਪਣੀ ਸੁਣਾ। ਤੇ ਮਾਮੂ ਮੇਰਾ ਕਿੱਥੇ ਆ ਫਿਰ ਰਾਜਵੀਰ? ਉਹ ਇੱਧਰ ਗਏ ਆ ਬਾਹਰ। ਅੱਛਾ ਅੱਛਾ, ਬੜੋ ਇੱਧਰ ਆ ਜਾ। ਤਿਆਰ ਤੇ ਮੰਮੀ ਕਿੰਨੇ ਹੀ ਦਿਨਾਂ ਦੇ ਹੋਣ ਡਏ ਹਾਂ। ਅੱਛਾ, ਤੁਹਾਨੂੰ ਪਤਾ ਹੀ ਆ ਫਿਰ ਇਹਨਾਂ ਦੇ ਸੁਭਾਅ ਦਾ, ਅੱਜ ਚੱਲ ਜਿਓ ਕੱਲ ਚੱਲ ਜਿਓ। ਤੁਸੀਂ ਸੁਣਾਓ ਸਿਹਤਾਂ ਠੀਕ ਆ? ਹਾਂ ਠੀਕ ਵਾ, ਇੱਦਾਂ ਦਵਾਈ ਖਵਾਈ ਜਾਈਦੀ ਆ ਤਾਂ ਇੱਦਾਂ ਠੀਕ ਆ। ਅਤੇ ਰਾਜਵੀਰ ਕਿੱਧਰ ਗਿਆ ਵਾ? ਉਹ ਬਾਹਰ ਨੂੰ ਗਏ ਹੁਣੇ ਹੀ। ਬਾਹਰ ਨੂੰ ਗਿਆ? ਹਾਂ। ਜਾਂਦਾ ਸਕੂਲ? ਹਾਂ ਜਾਂਦੇ ਆ। ਹੋਰ ਸੁਣਾ, ਤੇਰੇ ਡੈਡੀ ਠੀਕ ਠਾਕ ਆ? ਹਾਂ ਜੀ ਠੀਕ ਠਾਕ ਸਾਰੇ। ਤੁਸੀਂ ਗੇੜਾ ਹੀ ਨਹੀਂ ਮਾਰਿਆ, ਆ ਜਾ ਕਰੋ, ਹੁਣ ਤੇ ਰਾਜਵੀਰ ਹੈਗਾ। ਇੱਦਾਂ ਹੀ ਆ, ਸਰੀਰ ਠੀਕ ਨਹੀਂ ਰਹਿੰਦਾ, ਇੱਦਾਂ ਹੀ ਨਿਕਲੇ ਨਹੀਂ ਜਾਂਦਾ ਘਰੋਂ। ਚਲੋ ਕੋਈ ਗੱਲ। ਗੁਰੂ ਤੇਰਾ ਪਾਪਾ ਦਾ ਨਹੀਂ ਜੀ ਕਰਦਾ ਆਉਣ ਨੂੰ? ਸਾਲ ਹੋ ਗਿਆ ਸਾਡੇ ਕੋਲੋਂ ਆਇਆ ਨੂੰ। ਹੈ ਉਹਨਾਂ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਆ, ਸਾਨੂੰ ਭੇਜ ਦਿੰਦਾ, ਇੰਨਾ ਸ਼ੁਕਰ ਕਰੋ। ਲੈ ਆ ਵੀ ਕਿੰਨੇ ਹੀ ਦਿਨ ਹੋਏ ਤਰਲੇ ਲੈਣ ਡਿਆ ਸੀ ਵੀ ਅਸੀਂ ਜਾਣਾ ਜਾਣਾ, ਅੱਜ ਚੱਲ ਜਿਓ ਕੱਲ ਚੱਲ ਜਿਓ। ਇੰਨੇ ਬੀਜੀ ਜਿਹੜਾ ਉਹਨਾਂ ਦਾ ਆਉਣ ਨੂੰ ਨਹੀਂ ਜੀ ਕਰਦਾ, ਇੱਦਾਂ ਹੀ ਬੀਜੀ ਬੀਜੀ ਕਾਦੇ, ਤੁਹਾਨੂੰ ਪਤਾ ਹੀ ਉਹਨਾਂ ਦੇ ਸੁਭਾਅ ਦਾ। ਅਸੀਂ ਤੇ ਆਪ ਮਹਾਂ ਆਏ ਆ, ਕਿੰਨੇ ਦਿਨ ਦਾ ਮੈਂ ਕਹਿਣ ਡਿਆ ਸੀ, ਸਗੋਂ ਰਾਜਵੀਰ ਦਾ ਜਨਮ ਦਿਨ ਵੀ ਸੀ ਤੇ ਮੈਂ ਮੰਮੀ ਨੂੰ ਕਹਿਣ ਡਿਆ ਸੀ ਵੀ ਆਪਾਂ ਜਾਈਏ, ਉਦੋਂ ਵੀ ਨਹੀਂ ਆਇਆ ਗਿਆ ਤੇ ਹੁਣ ਟਾਈਮ ਲੱਗਾ ਵਾ। ਘਰੇ ਮਨਾਇਆ ਫਿਰ ਕੇ ਗਿਆ ਸੀ ਕਿਤੇ? ਨਹੀਂ ਘਰੇ ਮਨਾਇਆ। ਲਓ ਆ ਹੀ ਗਿਆ ਜੇ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ
ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਵੀ ਆਹੋ ਸਾਡੇ ਕੋ ਆਇਆ ਨਹੀਂ ਗਿਆ ਉਦਾਂ ਸਾਡਾ ਪਲਾਨ ਹੀ ਵੀ ਆਪਾਂ ਉਸ ਦਿਨ ਜਾਵਾਂਗੇ ਬੈਠ ਜਾ ਦੇਖਦਾ ਰਿਹਾ ਸੀ ਤੁਹਾਨੂੰ ਉਦਾਂ ਫਿਰ ਸਾਨੂੰ ਕੰਮ ਪੈ ਗਿਆ ਕੋਈ ਚੱਲ ਆਇਆ ਅੰਦਰ ਤੋਂ ਮੁਬਾਰਕ ਆਂਦੇ ਬੈ ਜਾ ਇੱਥੇ ਅੰਦਰ ਆ ਜਾ ਚਲੋ ਮਾਰੋ ਤੁਸੀਂ ਗੱਲਾਂ ਪ੍ਰੀਤ ਤੈਨੂੰ ਮਨਾ ਕਰਦਾ ਪ੍ਰਾਹੁਣਾ ਆਉਣ ਤੋਂ ਹੈ ਉਹ ਮੰਮੀ ਤਾਂ ਤੇ ਸੁਭਾਅ ਦਾ ਪਤਾ ਹੀ ਆ ਅੱਜ ਕਿਹੜੀ ਨਵੀਂ ਗੱਲ ਆ ਰਾਜਵੀਰ ਦੇ ਸਾਹਮਣੇ ਤੇ ਮੈਂ ਗੱਲ ਹੀ ਨਹੀਂ ਕਰਦੀ ਅੱਜ ਕੱਲ੍ਹ ਤਾਂ ਇੱਕੋ ਹੀ ਲਿਲਕੜੀ ਫੜੀ ਆ ਸਿੱਧਾ ਸਿੱਧਾ ਹੀ ਮੈਨੂੰ ਕਹਿਤਾ ਇੱਕ ਦਿਨ ਵੀ ਜਿਹੜੀ ਮੇਰੇ ਨਾਂ ਪੈਲੀ ਲੱਗਦੀ ਆ ਮੈਂ ਵਿੱਚੋਂ ਮੈਂ ਰਾਜਵੀਰ ਨੂੰ ਨਹੀਂ ਦੇਣੀ ਇੱਕ ਮਰਲਾ ਨਹੀਂ ਦੇਣਾ ਕਿਸੇ ਨੂੰ ਕਿਹਨੂੰ ਮਤਲਬ ਉਹਨੇ ਸਿੱਧਾ ਸਿੱਧਾ ਕਹਿਤਾ ਵੀ ਮੈਂ ਰਾਜਵੀਰ ਨੂੰ ਨਹੀਂ ਦੇਣੀ ਮੰਮੀ ਨੇ ਤਾਂ ਕੋਈ ਨਾ ਕੋਈ ਗੱਲ ਸਾਰਾ ਨਹੀਂ ਤੇ ਜੇ ਹੁਣ ਅਸੀਂ ਉਹ ਪੁੱਤ ਬਣਾਇਆ ਵਾ ਤੇ ਫਿਰ ਉਹਨੂੰ ਫਿਰ ਅਸੀਂ ਕਿੱਥੇ ਉਹਨੂੰ ਦੇਣੀ ਆ ਅਸੀਂ ਪੈਲੀ ਤੇ ਦੇਣੀ ਆ ਮੰਮੀ ਮੈਂ ਕਦੋਂ ਕਿਹਾ ਨਹੀਂ ਦੇਣੀ ਸੱਚ ਪੁੱਛੋ ਤੇ ਮੈਂ ਤੇ ਕਦੀ ਏਦਾਂ ਦਾ ਕੁਝ ਸੋਚਿਆ ਹੀ ਨਹੀਂ ਆ ਕਦੀ ਵੀ ਨੀਤ ਨਹੀਂ ਮਾੜੀ ਕੀਤੀ ਵੀ ਜਾਂ ਮੇਰਾ ਕੋਈ ਆਪਣਾ ਭਰਾ ਨਹੀਂ ਜਾਂ ਮੈਂ ਆਪਣੇ ਪੇਕਿਆਂ ਤੋਂ ਪੈਲੀ ਲਿਆਵਾਂ ਇਹ ਤੇ ਗਲਤ ਗੱਲ ਵਾ ਨਾ ਉਹ ਨਿਆਣੇ ਨੂੰ ਇਸ ਗੱਲ ਦਾ ਪਤਾ ਲੱਗੂਗਾ ਜਾਂ ਮਾਸੀ ਜੀ ਨੂੰ ਪਤਾ ਲੱਗੂਗਾ ਤੇ ਉਹ ਕੀ ਸੋਚੂਗੀ ਉਹਨੇ ਕਹਿਣਾ ਪੁੱਤ ਬਣਾ ਕੇ ਝੋਲੀ ਚ ਪਵਾਇਆ ਸੀ ਤੇ ਹੁਣ ਮੇਰਾ ਪੁੱਤ ਨੂੰ ਦੇਣਾ ਲੈਣਾ ਨਹੀਂ ਕੋ ਕਈ ਗੱਲਾਂ ਹੁੰਦੀਆਂ ਬੰਦੇ ਦੇ ਢਿੱਡ ਚ ਹੁੰਦੀਆਂ ਹੀ ਆ ਅਗਲੇ ਤੇ ਹੁਣ ਸਮਝਦੇ ਆ ਨਾ ਕਿ ਚੱਲ ਜੇ ਸਾਡਾ ਮੁੰਡਾ ਲਿਆ ਵਾ ਤੇ ਉਹਦਾ ਸਾਰਾ ਕੁਛ ਹੈਗਾ ਵਾ ਪਰ ਕੀ ਦੱਸਾਂ ਨਿੱਤ ਕੋਈ ਨਾ ਕੋਈ ਗੱਲ ਦਾ ਕਲੇਸ਼ ਸਾਰਾ ਕੰਮ ਵੀ ਕਰਨੀ ਆ ਜੇ ਦਵਿੰਦਰ ਵੀ ਆ ਨਾ ਮੰਮੀ ਜਦੋਂ ਵੀ ਆਈ ਸੀ ਤੇ ਮੈਨੂੰ ਬੜਾ ਹੀ ਚਾਅ ਸੀ ਵੀ ਚੱਲ ਮੇਰੀ ਦਰਾਣੀ ਆ ਮੇਰੇ ਨਾਲ ਸੌ ਕੰਮ ਕਰਾਇਆ ਕਰੂਗੀ ਹਾਸਾ ਖੇਡਾ ਕਰਾਂਗੇ ਟਾਈਮ ਪਾਸ ਪਰ ਮੈਂ ਬੜਾ ਹੀ ਕਰ ਵੇਖ ਲਿਆ ਮੇਰੇ ਨਾਲ ਕਦੀ ਨਹੀਂ ਰਲੀ ਸੁੱਖ ਵੀ ਉਹਦੇ ਆਉਣ ਤੇ ਬੜਾ ਬਦਲ ਗਈ ਆ ਪੂਰਾ ਕੰਮ ਵੀ ਮੇਰੇ ਤੋਂ ਲੈਂਦੀਆਂ ਵਾ ਤੇ ਰੋਬ ਵੀ ਪੂਰਾ ਤੇ ਦੁੱਖ ਮੈਨੂੰ ਇਸ ਗੱਲ ਦਾ ਲੱਗਦਾ ਵਾ ਵੀ ਬੀਜੀ ਵੀ ਉਹਨਾਂ ਦੇ ਨਾਲ ਰਲ ਜਾਂਦੇ ਆ ਪਰ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਰਲ ਮਿਲ ਕੇ ਤੇ ਫੇਰ ਹੀ ਟਾਈਮ ਪਾਸ ਹੋਣਾ ਮੰਮੀ ਮੈਂ ਤੇ ਬਥੇਰਾ ਰਲਨੀ ਆ ਪਰ ਰਲਣ ਨਾਲ ਤੇ ਤਾਂ ਹੀ ਆ ਨਾ ਜੇ ਜ਼ਿਆਦਾ ਹੀ ਤੰਗ ਕਰਦੇ ਆ ਮੈਂ ਕਿਸੇ ਦਿਨ ਆਵਾਂ ਫਿਰ ਬਹਿ ਕੇ ਗੱਲ ਕਰਦੇ ਆ ਤੇ ਕਿਹੜੀ ਗੱਲੋਂ ਕੁੜੀ ਨੂੰ ਤੰਗ ਕਰਦੇ ਈ ਮੰਮੀ ਮੈਂ ਤੇ ਇਹ ਕਹਿੰਦੀ ਆ ਵੀ ਮੂੰਹ ਚੋਂ ਨਿਕਲੀਆਂ ਗੱਲਾਂ ਮੁੜ ਕੇ ਮੂੰਹ ਚ ਪੈਂਦੀਆਂ ਨਹੀਂ ਆ ਇੱਕ ਵਾਰੀ ਕੋਈ ਗੱਲਬਾਤ ਹੋ ਜੇ ਨਾ ਮੁੜ ਕੇ ਉਹ ਰਾਸ ਜਿਹਾ ਨਹੀਂ ਰਹਿੰਦਾ ਤੇ ਦੂਜੀ ਗੱਲ ਜਿੱਦਾਂ ਦੇ ਉਹ ਹੈਗੇ ਆ ਤੁਹਾਨੂੰ ਕਿਹੜਾ ਭੁਲੇਖਾ ਉਹਨਾਂ ਕਿਸੇ ਗੱਲ ਤੋਂ ਵਾਰੇ ਆਉਂਦੇ ਨਾ ਉਲਟਾ ਮੈਨੂੰ ਮਗਰੋਂ ਹੋਰ ਟੈਟ ਕਰਨਗੇ ਸੱਚ ਪੁੱਛੋ ਨਾ ਤੇ ਗੋਰਾ ਬੜੇ ਦਿਨਾਂ ਦਾ ਕਹਿਣ ਡਿਆ ਸੀ ਵੀ ਜਾਣਾ ਵਾ ਕਦੀ ਕੋਈ ਬਹਾਨਾ ਲਾ ਦਿੰਦੇ ਸੀ ਕਦੀ ਕੋਈ ਰਾਤੀ ਪਤਾ ਨਹੀਂ ਕਿੱਦਾਂ ਇਹਨਾਂ ਦੇ ਮਨ ਮਿਹਰ ਪਈ ਵੀ ਜਾਓ ਹੋ ਜਾ ਕੇ ਹੁਣ ਤੇ ਐਂ ਲੱਗਦਾ ਜਿੱਥੇ ਆਉਣ ਤੋਂ ਵੀ ਮੈਨੂੰ ਪਾਬੰਦੀਆਂ ਜਿਹੀਆਂ ਕਰਦੇ ਆ ਬਸ ਇੱਕੋ ਰੱਟ ਫੜੀ ਆ ਪੈਲੀ ਸਾਡੀ ਆ ਪੈਲੀ ਨੇ ਅਸੀਂ ਕਿਸੇ ਨੂੰ ਦੇਣੀ ਵੇਲਾ ਜਵਾਈ ਹੋ ਕੇ ਤੇ ਵੇਲਾ ਪੈਲੀ ਤੇ ਅੱਖ ਰੱਖਣ ਡਿਆ ਵਾ ਪੈਲੀ ਤੇ ਰੱਖਣ ਤੇ ਡਿਆ ਵਾ ਪਰ ਮੈਨੂੰ ਐਂ ਲੱਗਦਾ ਜੇ ਗਾਂ ਜਾ ਕੇ ਇਹਨਾਂ ਨੇ ਕੋਈ ਇਸ ਗੱਲ ਤੋਂ ਕਪੱਤ ਪਾਤਾ ਤਾਂ ਅਸੀਂ ਕੀ ਕਰਾਂਗੇ ਹਾਂ ਗੱਲ ਨਾ ਕਹਿ ਪ੍ਰੀਤ ਭੋਲੀ ਜੀ ਬਣ ਕੇ ਨਾ ਰਿਹਾ ਕਰ ਹੈਂ ਤੂੰ ਆਖਿਆ ਕਰ ਵੀ ਪੈਲੀ ਜਿਹੜੀ ਆ ਮੇਰੇ ਭਰਾ ਦੀ ਆ ਕਹਿਣ ਨੂੰ ਤਾਂ ਕਹੀਦਾ ਹੀ ਆ ਮੰਮੀ ਪਰ ਕਈ ਵਾਰੀ ਮੈਨੂੰ ਬੜਾ ਡਰ ਲੱਗਦਾ ਵਾ ਵੀ ਅੱਗੇ ਜਾ ਕੇ ਮਸਲਾ ਖੜਾ ਨਾ ਹੋ ਜੇ ਵੀ ਮੈਨੂੰ ਕਹਿਣ ਆਪਣੇ ਹਿੱਸੇ ਦੀ ਪੈਲੀ ਲੈ ਕੇ ਆ ਜੇ ਜਿੰਨਾ ਤੂੰ ਡਰੇਂਗੀ ਨਾ ਓਨਾ ਉਹਨਾਂ ਨੇ ਸਿਰ ਤੇ ਚੜ੍ਹਨਾ ਜ਼ਿਆਦਾ ਤੇ ਇਹਦੀ ਭੋਲੀ ਬਣ ਕੇ ਨਾ ਰਹਿ ਤੂੰ ਬਹਿ ਜਾ ਫਿਰ ਮੈਂ ਚਾਹ ਬਣਾਵਾਂ ਬਣਾ ਲਓ ਚਾਹ ਫਿਰ ਮੈਂ ਵੀ ਰਾਜਵੀਰ ਲੱਗ ਕੇ ਬਹਿਣਾ ਖੜੀ ਦੀਦੀ ਤੁਸੀਂ ਤਾਂ ਮੈਨੂੰ ਬੁਲਾਓ ਹੀ ਨਾ ਪਿਛਲੀ ਵਾਰ ਵੀ ਮੇਰੇ ਜਨਮ ਦਿਨ ਤੇ ਆਏ ਤੇ ਹਾਰ ਕੇ ਤੁਸੀਂ ਬਹਾਨਾ ਲਾਤਾ ਰਾਜਵੀਰ ਗੁੱਸਾ ਤੇਰਾ ਜਾਇਜ਼ ਵਾ ਪਰ ਉਹ ਤਾਂ ਕਈ ਮਜਬੂਰੀਆਂ ਵੀ ਹੁੰਦੀਆਂ ਨਾ ਕੋਈ ਗੱਲ ਨਹੀਂ ਇਹਦੀ ਇਹ ਜੈਕਟ ਆਂਦੀ ਹੋ ਜੈਕਟ ਤੇ ਆਂਦੀ ਆ ਮੈਂ ਤੁਹਾਨੂੰ ਕਿਹਾ ਸੀ ਨਾ ਨੇ ਗੁੱਸਾ ਕਰਨਾ ਵਾ ਕੋਈ ਗੱਲ ਨਹੀਂ ਮੈਂ ਤਾਂ ਬਰਾਬਰ ਕਹਦਾ ਕਹਿੰਦਾ ਚੱਲੀਏ ਪਿੰਡ ਆਈ ਮੈਂ ਤਾਂ ਟਾਈਮ ਲੱਗਦਾ ਮੈਂ ਤਾਂ ਡੀਕਦਾ ਰਿਹਾ ਗੰਨਾ ਚ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਤੂੰ ਪਿੰਡ ਆਈ ਕਿਸੇ ਦਿਨ ਨਾਲ ਮੇਰੇ ਕੋਲ ਰਾਤ ਰਹੀਂ ਨਾਲ ਤੈਨੂੰ ਗੌਰਵ ਦੇ ਨਾਲ ਭੇਜੂਗਾ ਆਪਣੀ ਪਸੰਦ ਦਾ ਜੋ ਲੈਣਾ ਉਹ ਲੈ ਲਈ ਠੀਕ ਆ ਠੀਕ ਤੇ ਮੰਮੀ ਦਾ ਧਿਆਨ ਰੱਖਿਆ ਕਰ ਮੇਰਾ ਧਿਆਨ ਮੰਮੀ 'ਚ ਹੀ ਰਹਿੰਦਾ ਨਹੀਂ ਨਹੀਂ ਮੈਂ ਰੱਖਦਾ ਧਿਆਨ ਮੰਮੀ ਦਾ ਪੂਰਾ ਉਹਦੇ ਲਾਗੋ ਪਤਾ ਨਿੱਕੇ ਨਿੱਕੇ ਸਾਰੇ ਕੰਮ ਕਰਿਆ ਕਰ ਤੈਨੂੰ ਪਤਾ ਉਹਨਾਂ ਦਾ ਸਰੀਰ ਉਹਨੂੰ ਠੀਕ ਨਹੀਂ ਰਹਿੰਦਾ ਤੇ ਜਦੋਂ ਜੀ ਕਰਦਾ ਹੁੰਦਾ ਮਿਲਣ ਤੇ ਆ ਜਾ ਕਰੋ ਹਾਂ ਦੋਵੇਂ ਜਾਣੇ ਆ ਤੇ ਹੈਗਾ ਵਾ ਕਿ ਇੱਕ ਮਾਰੀ ਮੋਟਰਸਾਈਕਲ ਦੇ 5 ਮਿੰਟਾਂ 'ਚ ਬੰਦਾ ਪਹੁੰਚ ਜਾਂਦਾ ਵਾ ਕਿੰਨੀ ਕੁ ਦੂਰ ਆ ਕਿਤੇ ਚੱਕਦਾ ਰਹਿੰਦਾ ਵਾ ਮੋਟਰਸਾਈਕਲ ਫੜਦਾ ਨਹੀਂ ਪੁੱਤ ਚਲਾਇਆ ਕਰ ਮੋਟਰਸਾਈਕਲ ਇੰਨੇ ਚਿਰ ਦਾ ਨਾਲੇ ਮੋਟਰਸਾਈਕਲ ਪਿਆ ਉਹਨੂੰ ਕੱਢਿਆ ਕਰ ਬਾਹਰ ਨਹੀਂ ਨਹੀਂ ਚਲਾਉਂਦਾ ਮੈਂ ਕਈ ਯਾਰ ਪਿੰਡ ਜਾਣਾ ਨਾਲ ਹੈਗੇ ਜਾਇਆ ਕਰ ਚੱਕਾ ਲੱਗਦਾ ਵਾ ਨਾਲੇ ਮੰਮੀ ਨੇ ਦਵਾਈ ਦਵੀ ਲੈਣ ਜਾਣਾ ਹੁੰਦਾ ਨਾਲ ਲੋੜ ਪੈ ਜਾਂਦੀ ਆ ਲੋੜ ਪੈ ਜਾਂਦੀ ਸਿੱਧੇ ਕਿਤੇ ਆਉਣ ਤੇ ਫਿਰ ਵਧੀਆ ਗੱਲ ਆ ਪੜਾਈ ਠੀਕ ਚੱਲਣ ਰਹੀ ਹਾਂਜੀ ਹੋਰ ਫੇਰ ਕੋਈ ਗੱਲਬਾਤ ਗੱਲਾਂ ਬਾਤਾਂ ਠੀਕ ਸਾਰੀ ਮਾਸੀ ਕੋ ਗਿਆ ਸੀ ਨਹੀਂ ਮਾਸੀ ਕੋ ਨਹੀਂ ਗਿਆ ਜੀ ਹਾਂ
ਚਲ ਕੋਈ ਨੀ ਮੈਂ ਇੱਕ ਦੋ ਦਿਨ ਰਹਿਣ ਆਉਣਾ ਵਾ ਫਿਰ ਇਕੱਠੇ ਜਾਵਾਂਗੇ ਹੋ ਕੇ ਆਵਾਂਗੇ ਠੀਕ ਆ।